ਅਸੀਂ ਰੱਜ ਕੇ ਗੱਲ ਵੀ ਨਹੀਂ ਕੀਤੀ। ਬੜੀਆਂ ਪਿਆਰੀਆਂ ਸ਼ਖਸੀਅਤਾਂ ਸਾਡੇ ਪ੍ਰੋਗਰਾਮ ਵਿੱਚ ਚੁਗਲੀਆਂ 'ਚ ਗਜ਼ਾਲਾ ਬਾਟ ਸਾਹਿਬ ਔਰਾਂ, ਅੱਜ ਕੋਈ ਖਾਸ ਸਾਨੂੰ ਮੌਕਾ ਨਹੀਂ ਮਿਲਿਆ ਕਿ ਉਹਨਾਂ ਨਾਲ ਖੁੱਲ੍ਹ ਕੇ ਗੱਲਾਂ ਕਰੀਏ। ਅਤੇ ਨਵੀਦ ਬਾਟ ਸਾਹਿਬ ਤਾਂ ਮਾਸ਼ਾਅੱਲਾ ਸ਼ਰਮੀਲੇ ਜੇ ਸਾਡੇ ਅਦਾਕਾਰ ਆਦਤ ਮੇਰੀ ਹੈ ਵੈਸੇ ਕਿ ਮੈਂ ਉਮਰ ਸਿੱਧਾ ਬੰਦਾ ਤੇ ਭੁੱਲ ਜਾਂਦਾ ਨਾ, ਤੁਸੀਂ ਉਂਝ ਵੀ ਬੜੇ ਸ਼ੌਕ ਨਾਲ ਕਹਿੰਦੇ ਹੁੰਦੇ ਕਦੇ ਆ ਨੇ ਰਕੋ ਮੈਂ ਵੱਡਾ ਚੰਗਾ ਉਮਰ ਸਿੱਧਾ ਬੰਦਾ ਕਿ ਮੱਥੇ ਦੇ ਵਾਲ ਪਾਏ ਹੋਏ ਆ। ਖੈਰ ਗੱਲ ਕਰਨ ਲੱਗਾ ਸਾਂ ਕਿ ਈਦ ਆਈ ਪ੍ਰਦੇਸ਼ ਵਿੱਚ ਉੱਥੇ ਤਾਂ ਖੁੱਲ੍ਹ ਕੇ ਤੁਸੀਂ ਕੰਮ ਕਰਨਾ, ਜਿਹੜੀ ਸਾਡੇ ਡਾਇਰੈਕਟਰ ਸ਼ਫੀਕ ਰਹਿਮਾਨ ਸਾਹਿਬ ਤਿਆਰ ਕਰਨਗੇ ਈਦ ਤੇ। ਤੁਸੀਂ ਮੈਂ ਸੁਣਿਆ ਕਿ ਕੋਈ ਡਰਾਮਾ ਜੀ ਟੈਲੀਫਿਲਮ ਹੋਈ ਟੈਲੀਫਿਲਮ ਜੀ ਮਾਸ਼ਾਅੱਲਾ ਬੜੀ ਅੱਛੀ। ਇੱਥੋਂ ਦੇ ਸਾਰੇ ਆਰਟਿਸਟ ਲੈ ਕੇ ਸਾਰੇ ਇੱਥੇ ਦੇ ਨਹੀਂ ਮਾਸ਼ਾਅੱਲਾ, ਸ਼ਾਇਦ ਤੁਸੀਂ ਵੀ ਉਹਦੇ ਵਿੱਚ ਹੋ ਜੀ ਜੀ ਨਹੀਂ ਅਸੀਂ ਵੀ ਸਾਬਤ ਕਰਦੇ ਹਾਂ ਜਿਹੜੇ ਅਸੀਂ ਬ੍ਰਿਟਿਸ਼ ਲੋਕ ਹੈਗੇ ਹਾਂ ਇਹ ਇੰਨੇ ਬੁਰੇ ਨਹੀਂ ਹੈਗੇ ਹਾਂ ਅਸੀਂ, ਲੇਕਿਨ ਸਾਡਾ ਟੈਲੈਂਟ ਤੁਹਾਨੂੰ ਵੀ ਵੇਖ ਕੇ ਹੋਇਆ, ਅਸੀਂ ਤੁਹਾਡੀਆਂ ਟੈਲੀਫਿਲਮਾਂ ਅਤੇ ਡਰਾਮੇ ਵੇਖ ਕੇ ਨਾ ਉਹਦੇ ਸਿੱਖਦੇ ਹਾਂ। ਮੈਂ ਕੋਈ ਆਰਟਿਸਟ ਤਾਂ ਨਹੀਂ ਹਾਂ, ਮੈਂ ਤਾਂ ਮੁਹੱਬਤ ਦੇ ਪਿਆਰ ਹੈ ਬੜਾ ਪਾਨ ਹੈ ਜਿਹੜਾ ਤੁਸੀਂ ਮੈਨੂੰ ਆਰਟਿਸਟ ਸਮਝਦੇ ਹੋ। ਕਸਮ ਸੇ ਮੈਂ ਕਦੀ ਆਰਟਿਸਟ ਨਹੀਂ ਸਮਝਿਆ, ਮੈਂ ਇਹ ਨਹੀਂ ਕਹਿੰਦਾ ਮੈਨੂੰ ਕੋਈ ਤਾਰੀਫ ਕਰੇ, ਮੈਂ ਕਸਮ ਖਾਂਦਾ ਕਿ ਮੈਂ ਆਪਣੇ ਆਪ ਨੂੰ ਕਦੀ ਆਰਟਿਸਟ ਨਹੀਂ ਸਮਝਿਆ। ਇਸ ਲਈ ਕਿ ਜਿਹੜੀ ਅੱਧ ਵਿੱਚ ਚੀਜ਼ ਆਉਂਦੀ ਹੈ ਨਾ ਪਾਕਿਸਤਾਨ ਵਿੱਚ ਸਾਡਾ ਇੱਕ ਕੁਲੀਗ ਹੈ ਨੁਸਰਤ ਮਹਿਮੂਦ, ਉਹ ਸਾਰੇ ਕੰਮ ਕਰੀ ਜਾਂਦਾ ਟੈਲੀਫਿਲਮਾਂ ਵੀ ਸੀਰੀਅਲ ਵੀ ਸਾਰੇ ਕੰਮ, ਔਰ ਨਾਲ ਨਾਲ ਕਹੀ ਜਾਂਦਾ ਮੈਂ ਤਾਂ ਆਪਣੇ ਆਪ ਨੂੰ ਆਰਟਿਸਟ ਹੀ ਨਹੀਂ ਸਮਝਦਾ, ਮੈਂ ਤਾਂ ਆਰਟਿਸਟ ਹੀ ਨਹੀਂ ਹੈ। ਮੈਂ ਕਿਹਾ ਤੂੰ ਇਸ ਲਈ ਕਹਿੰਦਾ ਹੈ ਕਿ ਅਗਰ ਤੂੰ ਬੁਰਾ ਕੰਮ ਕਰੇਗਾ ਤਾਂ ਵਾਕਈ ਤੂੰ ਕਹਿ ਦੇਂਗਾ ਵੀ ਮੈਂ ਤਾਂ ਆਰਟਿਸਟ ਹੀ ਨਹੀਂ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਂ ਆਰਟਿਸਟ ਕਵਰ ਕਰਦਾ ਰਹਿੰਦਾ, ਕਿਧਰੇ ਉਹ ਚੱਕਰ ਤੇ ਨਹੀਂ ਹੈ ਕਿ ਤੁਸੀਂ ਕਵਰ ਕਰ ਰਹੇ ਹੋ ਆਪਣੇ ਆਪ ਨੂੰ? ਐਸੀ ਕੋਈ ਗੱਲ ਨਹੀਂ ਹੈ, ਸਾਡੇ ਡਾਇਰੈਕਟਰ ਨੇ ਸ਼ਫੀਕ ਰਹਿਮਾਨ ਸਾਹਿਬ ਉਹਨਾਂ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਮੈਨੂੰ ਇਹ ਚਾਂਸ ਦਿੱਤਾ ਤੇ ਤੁਸੀਂ ਅੱਜ ਮੈਨੂੰ ਕਹਿੰਦੇ ਨਹੀਂ ਤੂੰ ਆਰਟਿਸਟ ਹੈ, ਮੈਂ ਤਸੱਵਰ ਨਹੀਂ ਕਰਦਾ। ਮਾਸ਼ਾਅੱਲਾ ਤੁਸੀਂ ਬੋਲਦੇ ਹੋ ਤਾਂ ਪਤਾ ਲੱਗਦਾ ਹੈ ਕਿ ਕੋਈ ਆਰਟਿਸਟ ਬੰਦਾ ਬੋਲ ਰਿਹਾ ਹੈ। ਉਹ ਅੱਲਾ ਨੇ ਮਰਦਾਨਾ ਦੀ ਆਵਾਜ਼ ਦਿੱਤੀ ਹੈ, ਸਿਰ ਮੁੱਛਾਂ ਦੀ ਕਮੀ ਹੈ, ਉਹ ਮੇਰਾ ਕਸੂਰ ਹੈ ਬਸ, ਦਿੱਤੀਆਂ ਹੈ ਅੱਲਾ ਨੇ ਫਿਰ ਰੱਖੀਆਂ ਨਹੀਂ। ਤੁਸੀਂ ਸਿਰਫ ਮਰਦਾਨਾ ਆਵਾਜ਼ ਹੀ ਰੱਖੀ ਹੈ, ਬਸ ਮਰਦਾਨਾ ਆਵਾਜ਼ ਹੀ ਦੀ ਹੈ, ਗੈਟਅਪ ਹੋ ਜਾਂਦਾ ਸਮਝ ਆ ਜਾਂਦਾ ਜੀ, ਉਹ ਜੇ ਗੈਟਅਪ ਹੁੰਦਾ ਮਰਦਾਨਾ, ਉਹ ਵੀ ਡਾਇਰੈਕਟਰ ਸਾਹਿਬ ਦੀ ਮਿਹਰਬਾਨੀ ਹੁੰਦੀ ਹੈ। ਤੁਸੀਂ ਘਬਰਾਓ ਨੀ, ਮੈਂ ਸਿਫਾਰਿਸ਼ ਕਰਨੀ ਹੈ ਤੁਹਾਡੀ। ਅੱਛਾ ਜੀ, ਅਸੀਂ ਮਜ਼ਾਕ ਹੁੰਦਾ ਰਹੇਗਾ, ਇੰਨਾ ਟਾਈਮ ਨਹੀਂ ਹੈ। ਅੱਛਾ ਮੈਨੂੰ ਗਜ਼ਲਾ ਬਾਟ ਸਾਹਿਬ ਇਹ ਦੱਸੋ ਤੁਸੀਂ ਕਿ ਜਿਸਾਨੀ ਬੰਦੇ ਨੂੰ ਆਪਣੇ ਬੱਚੇ ਸਾਰੇ ਨੂੰ ਪਿਆਰੇ ਹੁੰਦੇ ਨੇ, ਕਿਸੇ ਨੂੰ ਬੱਚੇ ਨੂੰ ਕੋਈ ਜ਼ਿਆਦਾ ਪਿਆਰ ਹੁੰਦਾ ਕਿਸੇ 'ਚ, ਇਹ ਆਰਟਿਸਟ ਜਿਹੜਾ ਹੁੰਦਾ ਹੈ ਨਾ ਉਹ ਵੀ ਜਿਹੜੇ ਕਿਰਦਾਰ ਕਰਦਾ ਨਾ ਉਹਨੂੰ ਇਸ ਤਰ੍ਹਾਂ ਬੱਚਿਆਂ ਲਈ ਉਹਨੂੰ ਚੰਗੇ ਲੱਗਦੇ ਨੇ ਆਪਣੇ ਜਿਹੜੇ ਕਿਰਦਾਰ ਹੁੰਦੇ ਨੇ, ਔਰ ਬਾਅਦ ਕੋਈ ਐਸਾ ਕਿਰਦਾਰ ਹੁੰਦਾ ਉਹਨੂੰ ਜ਼ਿਆਦਾ ਕੋਈ ਚੰਗਾ ਲੱਗਦਾ। ਤੋ ਤੁਹਾਨੂੰ ਆਪ ਬਜ਼ਾਤ ਖੁਦ ਕਿੱਥੇ ਮਹਿਸੂਸ ਹੋਇਆ ਕਿ ਯੈਸ ਗਜ਼ਾਲਾ ਭੱਟ ਤੂੰ ਇਹ ਜਿਹੜਾ ਕੰਮ ਕੀਤਾ ਹੈ ਇਟਸ ਗੁੱਡ, ਤੁਸੀਂ ਆਪਣੇ ਆਪ ਨੂੰ ਦਾ ਦਿੱਤੀ ਹੋਵੇ ਕੋਈ ਐਸਾ ਮੈਨੂੰ ਦੱਸੋ ਕਿ ਕਿਹੜੀ ਚੀਜ਼ ਵਿੱਚ? ਬਿਲਕੁਲ ਕੀਤਾ ਹੈ, ਇੱਕ ਕੰਮ ਮੈਂ ਐਸਾ ਕੀਤਾ ਹੈ ਜਾਂ ਮੇਰਾ ਸ਼ਾਇਦ ਇੱਕ ਪਾਈਪਲਾਈਨ ਵਿੱਚ ਕੰਮ ਹੈ, ਉਹ ਮੈਂ ਲਾਹੌਰ ਜਾ ਕੇ ਸਾਡੇ ਬਹੁਤ ਹੀ ਸੀਨੀਅਰ ਆਰਟਿਸਟ ਹੈ ਸੁਹੇਲ ਅਹਿਮਦ ਸਾਹਿਬ ਜਿਹੜੇ ਥੀਏਟਰ ਵੀ ਕਰਦੇ ਨੇ, ਉਹਨਾਂ ਨੇ ਇੱਕ ਹੁਣ ਡਾਇਰੈਕਸ਼ਨ ਸ਼ੁਰੂ ਕਰ ਦਿੱਤੀ ਹੈ ਮਾਸ਼ਾਅੱਲਾ, ਅਤੇ ਉਹਨਾਂ ਨੇ ਮੈਨੂੰ ਸਪੈਸ਼ਲੀ ਫਿਰ ਉੱਥੋਂ ਇਸਲਾਮਾਬਾਦ ਤੋਂ ਬੁਲਾਇਆ ਅਤੇ ਇੱਕ ਕਰੈਕਟਰ ਔਫਰ ਕੀਤੀ, ਉਹ ਵੀ ਬੜਾ ਅੱਛਾ ਹੋਇਆ, ਉਹ ਵੀ ਔਨਰ ਆਏਗਾ ਅਤੇ ਬਹੁਤ ਅੱਛਾ। ਇੱਕ ਪਲੇਅ ਮੈਂ ਕੀਤਾ ਆਤਿਸ਼, ਠੀਕ ਹੈ, ਉਹ ਤਾਰਿਕ ਮਿਹਰਾਜ ਨੇ ਉਹਦੀ ਡਾਇਰੈਕਸ਼ਨ ਦਿੱਤੀ, ਪੀ ਟੀ ਵੀ ਦਾ ਪਲੇਅ ਸੀ। ਤੁਸੀਂ ਯਕੀਨ ਕਰੋ ਕਿ ਉਹ ਇਕਬਾਲ ਹਸਨ ਨੇ ਉਹ ਡਰਾਮਾ ਲਿਖਿਆ ਸੀ, ਉਹ ਜਿਸਲੇ ਡਰਾਮਾ ਔਨਅਰ ਹੋਇਆ ਜਿਸਲੇ ਅਸੀਂ ਕੀਤਾ ਅਤੇ ਉਸ ਵੇਲੇ ਮੈਂ ਬੜਾ ਡਰ ਕੇ ਕੀਤਾ ਉਹ ਡਰਾਮਾ, ਕਿ ਇਹ ਕਰੈਕਟਰ ਮੈਂ ਫਸਟ ਟਾਈਮ ਕਰ ਰਹੀ ਹਾਂ ਇਹੋ ਜਿਹਾ। ਉਹਦੇ 'ਚ ਇੱਕ ਸੀ ਕਿ ਮਤਲਬ ਉਹ ਦੂਸਰੀ ਔਰਤ ਜਿਹੜੀ, ਪਤਾ ਨਹੀਂ ਮੈਂ ਔਨਅਰ ਕਹਿਣਾ ਚਾਹੀਦਾ ਕਿ ਨਹੀਂ,
ਮਤਲਬ ਉੱਥੋਂ ਸ਼ਿਫਟ ਹੋ ਕੇ ਕੋਠੀ 'ਚ ਆ ਗਈ, ਨਾਲ ਬੇਟੀ ਹੈ ਔਰ ਬੇਟੀ ਨੂੰ ਬਿਜ਼ਨਸ ਕਰਾਉਂਦੀ ਹੈ ਔਰ ਇਹ ਉਸ ਟਾਈਪ ਦਾ ਔਰਤ ਸੀ, ਮਤਲਬ ਕਰੈਕਟਰ ਸੀ ਜਿਹਦੇ 'ਤੇ ਮੇਰੇ ਹਸਬੈਂਡ ਨੇ ਵੀ ਥੋੜ੍ਹਾ ਇਤਰਾਜ਼ ਕੀਤਾ ਕਿ ਦੇਖੋ ਹਮ ਬੇਟੀਓ ਵਾਲੇ ਹੈ ਤੋ ਯੇ ਇਸ ਤਰ੍ਹਾਂ ਕਾ ਰੋਲ ਨਾ ਕਰੋ। ਤੋ ਉਹਦੇ 'ਤੇ ਮੈਂ ਕਿਹਾ ਕਿ ਦੇਖੋ ਹਮ ਆਰਟਿਸਟ ਹੈ, ਮਤਲਬ ਆਰਟਿਸਟ ਕੋ ਹਰ ਤਰ੍ਹਾਂ ਕਾ ਦਾ ਰੋਲ ਕਰਨਾ ਚਾਹੀਦਾ ਹੈ। ਅਗਰ ਹਰ ਆਰਟਿਸਟ ਕਹੇ ਕਿ ਇਹ ਰੋਲ ਅੱਛਾ ਨਹੀਂ ਮੈਂ ਨਹੀਂ ਕਰਦਾ ਤੇ ਫਿਰ ਉਹ ਫਿਰ ਕੌਣ ਕਰੇਗਾ, ਮਤਲਬ ਕਿਹਨੇ ਕਰਨਾ। ਤੇ ਉਹ ਕਰੈਕਟਰ ਮੈਂ ਕੀਤਾ, ਉਹ ਯਕੀਨ ਕਰੋ ਕਿ ਵਾਕਈ ਦੁਕਾਨਾਂ ਬੰਦ ਹੋ ਜਾਂਦੀਆਂ ਸੀ। 8 ਵਜੇ ਡਰਾਮਾ ਲੱਗਦਾ ਸੀ ਤੇ ਤੰਦੂਰ ਵਾਲੇ ਜਿਹੜੇ ਕੋਈ ਰੋਟੀ ਲੈਣ ਜਾਂਦੇ ਸੀ 8 ਵਜੇ, ਉਹ ਤੰਦੂਰ ਵਾਲਾ ਕਹਿੰਦਾ ਸੀ ਮੈਂ ਪਹਿਲੇ ਡਰਾਮਾ ਦੇਖਾਂਗਾ ਤੇ ਫਿਰ ਮੈਂ ਦਵਾਂਗਾ ਰੋਟੀ। ਉਹ ਇੱਕ ਜਗ੍ਹਾ ਇੱਕ ਦੋ ਮਾਰਕੀਟਸ ਮੇਰੇ ਮੈਂ ਆਪਣੇ ਹਸਬੈਂਡ ਦੇ ਨਾਲ ਗਈ ਤੇ ਉਹ ਖੜੇ ਹੋ ਗਏ ਸਾਰੇ ਤੇ ਇੱਕ ਬੰਦਾ ਕਹਿੰਦਾ ਮੈਡਮ ਆਪਣੇ ਬਹੁਤ ਅੱਛਾ ਕੰਮ ਕੀਆ, ਇਸਮੇ ਹਮਨੇ ਕਭੀ ਟੀਵੀ ਨਹੀਂ ਦੇਖਾ, ਲੇਕਿਨ ਲੋਕ ਯਕੀਨ ਕਰੋ ਕਿ ਜਿਹੜੇ ਹਾਰਟ ਪੇਸ਼ੈਂਟ ਸੀ ਉਹ ਮੈਡੀਸਨ ਲੈ ਕੇ ਉਹ ਡਰਾਮਾ ਦੇਖਦੇ ਸੀ, ਕਿਉਂਕਿ ਉਹ ਐਡਾ ਉਹਦੇ 'ਚ ਸਸਪੈਂਸ ਔਰ ਇਹੋ ਜਿਹਾ ਕਰੈਕਟਰ ਮੇਰੇ ਕੋਲ ਹੋਇਆ ਸੀ ਕਿ ਮੇਰਾ ਸਾਰਾ 30 ਸਾਲ ਦਾ ਜਿਹੜਾ ਕੈਰੀਅਰ ਦਾ ਕੰਮ ਹੈ ਉਹ ਇੱਕ ਪਾਸੇ ਸੀ ਅਤੇ ਉਹ ਡਰਾਮਾ ਇੱਕ ਆਤਿਸ਼ ਵਿੱਚ। ਬਹੁਤ ਸਾਰੇ ਲੋਕਾਂ ਨੂੰ ਯਾਦ ਹੈ ਅਤੇ ਉਹਨਾਂ ਨੇ ਮੈਂ ਕਿਹਾ ਜੀ ਆਪਕੋ ਗਿਫਟ ਅਵਾਰਡ ਮਿਲਣਾ ਚਾਹੀਏ। ਮੈਂ ਕਿਹਾ ਆਪਕੋ ਪਤਾ ਹੈ ਕਿ ਇੱਥੇ ਅਵਾਰਡ ਕਿਸ ਤਰ੍ਹਾਂ ਮਿਲਦੇ ਹੈ, ਕੀ ਹੈ ਕੁਛ ਸਿਫਾਰਿਸ਼ਾਂ ਤਾਂ ਸਾਡੀਆਂ ਨਹੀਂ। ਉਹਨਾਂ ਇੱਕ ਕੈਂਡਲ ਸਟੈਂਡ ਸੀ ਉਹ ਰੈਪ ਕੀਤਾ ਅਖਬਾਰਿਸ਼ ਤੇ ਮੈਂ ਦੇਖਦਾ ਇਸ ਤਰ੍ਹਾਂ ਕਹਿੰਦਾ ਕਿ ਇਹ ਹਮਾਰੀ ਤਰਫ ਸੇ ਆਪਕੋ ਗਿਫਟ ਹੈ, ਆਪਕੋ ਅਵਾਰਡ ਮਿਲੇ ਨਾ ਮਿਲੇ ਇਹ ਹਮ ਆਪਕੋ ਅਵਾਰਡ ਦੇ ਰਹੇ ਹੈਂ। ਉਹ ਮੇਰਾ ਕੰਮ ਜਿਹੜਾ ਬਹੁਤ ਅੱਛਾ ਸੀ, ਮਤਲਬ ਲੋਕਾਂ ਨੂੰ ਹਾਲੇ ਤੱਕ ਯਾਦ ਹੈ ਮੈਂ ਜਿੱਥੇ ਵੀ ਜਾਂਦੀ ਹਾਂ ਆਤਿਸ਼। ਅਤੇ ਦੂਸਰਾ ਇੱਕ ਕੰਮ ਸੀ ਮੇਰਾ PTV ਦਾ ਬਹੁਤ ਪੁਰਾਣਾ ਕੰਮ ਸੀ ਨਿੱਕੀ ਅਤੇ ਵੱਡੀ, ਨਿੱਕੀ ਅਤੇ ਵੱਡੀ ਉਹ ਵੀ ਲੋਕਾਂ ਨੂੰ ਹਾਲੇ ਤੱਕ ਯਾਦ ਹੈ। ਦੇਖੋ ਕੁਛ ਕੰਮ ਐਸੇ ਹੁੰਦੇ ਹੈ ਜਿਹੜੇ ਯਾਦ ਰਹਿ ਜਾਂਦੇ ਹੈ, ਨਕਸ਼ ਹੋ ਜਾਂਦੇ ਹੈ ਦਿਲਾਂ ਬਾਅਦ ਬੰਦੇ। ਗਜ਼ਾਲਾ ਜੀ ਨਹੀਂ ਦੇਖੀ ਤੁਹਾਡਾ ਉਹ ਡਰਾਮਾ ਨਹੀਂ ਦੇਖਿਆ, ਉਹਦੇ 'ਚ ਕੋਈ ਇਸ ਤਰ੍ਹਾਂ ਦਾ ਕੋਈ ਇੱਕ ਡਾਇਲੋਗ ਸਾਨੂੰ ਦੱਸ ਦਿਓ ਕਿਸ ਤਰ੍ਹਾਂ ਦਾ ਕੋਈ ਡਾਇਲੋਗ ਬਾਜ਼ੀ ਹੁੰਦੀ ਸੀ ਉਹਦੇ 'ਚ, ਕਿਸ ਤਰ੍ਹਾਂ ਦੀ ਹੁੰਦੀ ਸੀ ਕਿਹਦੇ 'ਚ ਨਿੱਕੀ ਅਤੇ ਵੱਡੀ? ਨਿੱਕੀ ਅਤੇ ਵੱਡੀ ਉਹ ਕੋਈ ਸੀਨ ਇਸ ਤਰ੍ਹਾਂ ਦਾ ਜਾਂ ਕੁਛ ਕੋਈ ਜਿਸ ਤਰ੍ਹਾਂ ਹੁਣ ਨਹੀਂ ਉਹਦੇ 'ਚ ਇੱਕ ਜਿਹੜਾ ਜੁਮਲਾ ਸੀ ਕਿ ਡਾਇਲੋਗ ਬੜਾ ਹਿੱਟ ਹੋਇਆ ਸੀ ਕਿ ਉਹ ਜਿਹੜੀ ਅਸੀਂ ਇੱਕ ਦੀਵਾਰ ਹੁੰਦੀ ਸੀ ਉਹ ਇੱਥੇ ਤਾਰਿਕ ਭੱਟ ਸਾਹਿਬ ਤੁਹਾਡੇ ਇੱਥੇ ਚੈਨਲ 'ਤੇ ਉਹ ਲਿਖਦੇ ਹੁੰਦੇ ਸੀ ਹੁਣ, ਅਤੇ ਸਾਡੇ ਬੁਖਾਰੀ ਸਾਹਿਬ ਹੈ ਉੱਥੇ ਗਜ਼ਨਫਰ ਬੁਖਾਰੀ ਉਹ ਪ੍ਰੋਡਿਊਸ ਕਰਦੇ ਸੀ, ਬਸ ਦੀਵਾਰ 'ਤੇ ਅਸੀਂ ਚੜ੍ਹ ਕੇ ਲੜਦੀਆਂ ਸੀ ਅਤੇ ਇੱਕ ਹੁੰਦੀ ਸੀ ਮੇਰੇ ਤੋਂ ਛੋਟੀ ਅਤੇ ਇੱਕ ਵੱਡੀ, ਅਤੇ ਉਹ ਬਸ ਹੁੰਦਾ ਸੀ ਕਿ ਤੇਰਾ ਵਿਆਹ ਕਿਉਂ ਨਹੀਂ, ਮੈਂ ਉਹਨੂੰ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਮੈਨੂੰ ਜੇ ਮੇਰਾ ਵਿਆਹ ਜਲਦੀ ਹੋ ਗਿਆ ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਮੈਂ ਵੱਡੀ ਹਾਂ। ਮੈਂ ਉਹਨੂੰ ਕਹਿੰਦੀ ਸੀ ਜੇ ਤੇਰਾ ਵਿਆਹ ਮੇਰਾ ਵਿਆਹ ਜਲਦੀ ਹੋ ਗਿਆ ਇਹਦਾ ਇਹ ਮਤਲਬ ਤਾਂ ਨਹੀਂ ਕਿ ਮੈਂ ਵੱਡੀ ਹਾਂ, ਹਾਂ ਤੇ ਤੂੰ ਨਿੱਕੀ ਬਣਨੀ ਹੈ। ਉਹ ਫਿਰ ਅੱਗੋਂ ਕਹਿੰਦੀ ਸੀ ਨਿੱਕੀ ਤੇ ਮੈਂ ਹਾਂ ਕਿ ਮਤਲਬ ਮੈਂ ਤੇ ਤੇਰੇ ਤੋਂ ਛੋਟੀ। ਬਸ ਇਹ ਜੁਮਲਾ ਜਿਹੜਾ ਸੀ ਨਾ ਇਹ ਬਹੁਤ ਹਿੱਟ ਹੋਇਆ ਜੁਮਲਾ, ਮਤਲਬ ਹਾਲੇ ਵੀ ਮੈਂ ਜਿੱਥੇ ਜਾਂਦੀ ਹਾਂ ਤੇ ਲੋਕਾਂ ਨੂੰ ਯਾਦ ਰਹਿ ਜਾਂਦਾ। ਯਾਦ ਰਹਿਣ ਦਾ ਮਤਲਬ ਹੈ ਕਿ ਚੀਜ਼ ਅੱਛੀ ਹੈ ਤੇ ਤੁਹਾਨੂੰ ਜਿਹੜੀ ਨਕਸ਼ ਹੋ ਜਾਂਦੀ ਹੈ। ਤੇ ਇਹ ਹੁਣ ਅੱਲਾ ਦਾ ਸ਼ੁਕਰ ਹੈ ਮੈਂ ਐਸਾ ਵੈਸੇ ਕੰਮ ਕੋਈ ਨਹੀਂ ਕੀਤਾ, ਜਿਹੜਾ ਪਟਵਾਰੀ ਟੈਲੀ ਖੜੋ ਇੰਗਲੈਂਡ, ਮੈਂ ਉਹਦੇ 'ਚ ਕੋਈ ਐਸਾ ਤੀਰ ਨਹੀਂ ਚਲਾਇਆ, ਅੱਲਾ ਨੇ ਇੱਜ਼ਤ ਦੇ ਦਿੱਤੀ ਹੈ। ਜਿੰਨੇ ਵੀ ਆਰਟਿਸਟ ਨੇ ਜਾਤੀ ਹੈ ਸਾਰੇ ਨੇ ਚੰਗਾ ਕੰਮ ਕੀਤਾ ਹੈ, ਬਹੁਤ ਅੱਛਾ ਕੰਮ ਕੀਤਾ ਹੈ। ਆਪਣੀ ਆਪਣੀ ਮਿਸਾਲ ਦੇ ਤੌਰ ਤੇ ਤੁਸੀਂ ਦਾ ਉੱਥੇ ਜਿਹੜਾ ਕੰਮ ਕੀਤਾ ਹੈ ਜਿਹੜਾ ਤੁਹਾਡਾ ਰੋਲ ਸੀ ਟੌਪ ਕਲਾਸ ਦਾ ਉਹ ਆਪਣਾ ਨਿਭਾਇਆ ਉਹਦੇ ਕੋਈ ਸ਼ੱਕ ਨਹੀਂ, ਤੇ ਮਤਲਬ ਸਾਰੇ ਆਰਟਿਸਟਾਂ ਨੇ ਚੰਗਾ ਕੰਮ ਕੀਤਾ ਉਹਦੇ 'ਚ, ਤੇ ਲੇਕਿਨ ਸ਼ੋਹਰਤ ਨੂੰ ਜ਼ਿਆਦਾ ਉਹ ਜਿਹੜਾ ਤੁਹਾਡਾ ਹੀ ਸੀ ਉਹਦੇ ਵਜ੍ਹਾ ਨਾਲ ਹੀ ਮਿਲੀ, ਸ਼ੋਹਰਤ ਜ਼ਿਆਦਾ ਇਹਨੂੰ ਮਿਲੀ। ਬਸ ਉਹੀ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਕੋ ਹੀ ਜੁਮਲਾ ਸੀ ਜਿਹੜਾ ਅਜ਼ਰਾ ਨਿਕਾਲਾ, ਤੇ ਮੈਂ ਮੁੜ ਕੇ ਉਹਨੂੰ ਇੱਕ ਕਰਨੀ ਹੈ ਐਵੇਂ ਕਿ ਤੂੰ ਕਿਸ ਨਾਲ ਹੈ ਕਿ ਮੇਰਾ ਨਾਂ ਤੇ ਅਜ਼ਰਾ ਨਿਕਾਲਾ ਤੇ ਨਹੀਂ ਹੈ, ਐਵੇਂ ਕਿਸ ਨਾਲ ਹੈ? ਉਹ ਕਹਿੰਦਾ ਤੁਹਾਡੇ ਨਾਲ। ਬਸ ਇਹ ਜੁਮਲਾ ਇੱਕ ਕਲਿੱਕ ਹੋ ਗਿਆ, ਬਸ ਉਹੀ ਨੇ ਕਿ ਅੱਲਾ ਬੜਾ ਚੱਲਿਆ ਜਲਾ ਕੇ, ਬਿਲਕੁਲ ਬਹੁਤ ਚੱਲਿਆ ਬਹੁਤ, ਮਤਲਬ ਜਿਵੇਂ ਮੈਂ ਏਅਰਪੋਰਟ ਤੇ ਉਤਰਨੀ ਹੈ ਹਰ ਬੰਦਾ ਫਿਰ ਦੇਖਦਾ ਕਿ ਅਜ਼ਰਾ ਨਿਕਾਲਾ। ਮੈਂ ਤੇ ਹੁਣ ਤੇ ਪਹਿਲੇ ਤੇ ਪੂਰੇ ਇੱਥੇ ਲੰਡਨ ਵਿੱਚ ਕੈਸੇਟ ਹੁਣ ਤੇ ਉੱਥੇ ਵੀ ਅਸੀਂ ਜਾਂਦੇ ਹਾਂ ਨਾ ਕਲਰ ਸਹੀਦਾ ਇੱਧਰ ਉੱਧਰ ਜਿੱਥੇ ਟੈਲੀਫਿਲਮਾਂ ਬਣਾਉਣ ਜਾਂਦੇ ਹਾਂ ਤੇ ਉੱਥੇ ਹਰ ਘਰ ਵਿੱਚ ਇਹ ਡਰਾਮਾ ਜਿਹਦੀ ਬੜਾ ਉਹ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਡਰਾਮੇ ਜਿਹੜੇ ਨੇ ਇਹ ਗਜ਼ਾਲਾ ਬਾਜੀ ਜੇ ਅਗਰ ਤੁਸੀਂ ਕੁਝ ਕਰ ਸਕਦੇ ਹੋ ਨਾ ਇਸ ਬਾਰੇ 'ਚ ਤੇ ਪਲੀਜ਼ ਜ਼ਰੂਰ ਕਰੋ, ਅਗਰ ਸਪੋਰਟ ਚਾਹੀਦੀ ਹੈ ਇਹ ਕੋਈ ਹੋਰ ਤਰ੍ਹਾਂ ਦੀ ਇਨਸ਼ਾਅੱਲਾ ਅਸੀਂ ਸਪੋਰਟ ਕਰਾਂਗੇ। ਮੈਂ ਹੁਣੀ ਗੱਲ ਵੀ ਕੀਤੀ ਹੈ ਔਰ ਮੈਂ ਦੁਬਾਰਾ ਬਹੁਤ ਸੰਜੀਦਗੀ ਦੇ ਨਾਲ ਇਹ ਗੱਲ ਅਨਾਊਂਸ ਵੀ ਕਰ ਦਿੰਦੀ ਹੈ, ਕਹਿੰਦੀ ਵੀ ਹੈ ਕਿ ਅਗਰ ਤੁਸੀਂ ਅੱਛੀ ਟੈਲੀਫਿਲਮਾਂ ਪਟਵਾਰੀ ਟੈਲੀਫਿਲਮਾਂ ਦੇਖਣਾ ਚਾਹੁੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵੀ ਬੈਠ ਕੇ ਦੇਖਣ ਔਰ ਤੁਸੀਂ ਆਪ ਵੀ ਜਿਹੜੇ ਬਜ਼ੁਰਗ ਹੈ ਫੈਮਿਲੀ 'ਚ ਬੈਠ ਕੇ ਦੇਖਣ ਤੇ ਤੁਸੀਂ ਇੱਥੇ ਸਾਡੇ ਜਿਹੜੇ ਉਹ ਕੀ ਮੈਂ ਹੁਣੇ ਕਿਹਾ ਸੀ
ਜਿਹੜੇ ਮਤਲਬ ਸਾਰੇ ਜਿਹੜੇ ਪ੍ਰਮੋਟਰ ਨੇ ਪ੍ਰੋਡਿਊਸਰ ਨੇ ਜਿਹੜੇ ਮਤਲਬ ਸਪਾਂਸਰ ਨੇ ਜਿਹੜੇ ਹਾਂ ਮੈਂ ਉਹ ਕਿਹਾ ਸੀ ਕਿ ਜਿਹੜੇ ਸਪਾਂਸਰ ਹੈ ਜਦੋਂ ਤੱਕ ਅੱਛਾ ਸਪਾਂਸਰ ਨਹੀਂ ਮਿਲੇਗਾ ਉਦੋਂ ਤੱਕ ਅੱਛਾ ਕੰਮ ਸਾਹਮਣੇ ਨਹੀਂ ਆਏਗਾ ਤੇ ਇਹ 50,000 ਜਾਂ 80,000 ਜਾਂ 1,00,000 ਦੇ ਡਰਾਮੇ ਤੇ ਬਣਾਉਣਾ ਜਾਂ ਵੇਚਣਾ ਜਾਂ ਇਹਨਾਂ ਨੂੰ ਦੇਖਣਾ ਤੇ ਇਹ ਤੇ ਮੈਂ ਕਹਿੰਦੀ ਹਾਂ ਦੇਖਣਾ ਵੀ ਗੁਨਾਹ ਇਹੋ ਜਿਹੇ ਡਰਾਮੇ ਠੀਕ ਹੈ ਜਦੋਂ ਤੱਕ ਤੁਸੀਂ ਅੱਛੇ ਡਰਾਮੇ ਨਹੀਂ ਦੇਖ ਸਕਦੇ ਤੇ ਜਦੋਂ ਤੱਕ ਇੱਥੇ ਅੱਛਾ ਸਪਾਂਸਰ ਨਹੀਂ ਮਿਲੇਗਾ ਮੇਰੀ ਰਿਕੁਐਸਟ ਹੈ ਕਿ ਤੁਸੀਂ ਉਦੋਂ ਤੱਕ ਅੱਛੀਆਂ ਟੈਲੀਫਿਲਮਾਂ ਨਹੀਂ ਦੇਖ ਸਕੋਗੇ ਜਦੋਂ ਤੱਕ ਤੁਸੀਂ ਸਪਾਂਸਰ ਨਹੀਂ ਕਰੋਗੇ ਆਮੇ ਬਹਿਨ ਜੋ ਬਾਤ ਕੀਤੀ ਆਪਨੇ ਪਹਿਲੇ ਵੀ ਕਿ ਬਣ ਜਾਤੇ ਹੈ ਵਹਾਂ ਸੇ ਯਹਾਂ ਵੀ ਬਣਤੇ ਹੈ ਆਤੇ ਹੈ ਔਰ ਫਿਰ ਵਾਪਸ ਚਲੇ ਜਾਤੇ ਹੈ ਉਸਕੀ ਵਜ੍ਹਾ ਸਿਰਫ ਯਹੀ ਹੈ ਕਿ ਸਪਾਂਸਰ ਨਹੀਂ ਮਿਲਤੇ ਹੈ ਔਰ ਮਤਲਬ ਹੋਤੇ ਵੀ ਤੋ ਇਤਨੇ ਕਮ ਹੋਤੇ ਹੈ ਕਿ ਉਸਕਾ ਮਤਲਬ ਇਸਮੇ ਵਰਟ ਇਸਕੇ ਆਪ ਦੁਨੀਆ ਮੇਂ ਚਲਾ ਸਹੀ ਹੈ ਐਮ ਤੁਸੀਂ ਟੈਲੀਫਿਲਮ